ਸਤਿ ਸ਼੍ਰੀ ਅਕਾਲ ਜੀ, APN ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ, ਨਵੀਂ ਅਪਡੇਟ ਲੁਧਿਆਣਾ ਤੋਂ ਕੁਲਦੀਪ ਨਗਰ ਇੱਕ ਧਰਮਸ਼ਾਲਾ ਦੇ ਵਿੱਚ ਖੜ੍ਹੇ ਹਾਂ, ਜਿੱਥੇ ਇੱਕ ਨੀਵਾ ਸੰਸਥਾ ਵੱਲੋਂ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਆ। ਪੰਜਾਬ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸੰਸਥਾ ਆ, ਹਰ ਅਲੱਗ ਅਲੱਗ ਜਗ੍ਹਾਵਾਂ ਦੇ ਉੱਤੇ ਬਲੱਡ ਜਿਹੜਾ ਡੋਨੇਟ ਕਰਦੀਆਂ, ਦਾਨ ਕਰਦੀਆਂ। ਅੱਜ ਉਸੇ ਸਿਲਸਿਲੇ ਨੂੰ ਲੈ ਕੇ ਜਿਹੜਾ ਅਸੀਂ ਕੁਲਦੀਪ ਨਗਰ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿਉਂਕਿ ਭਾਰਤ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਸਾਇੰਸ ਇੱਕ ਇਹੋ ਜਿਹੀ ਤਰੱਕੀ ਕਰ ਗਈ ਹੈ, ਜਿਨ੍ਹਾਂ ਨੇ ਸਾਇੰਸ ਨੇ ਹਰ ਬਿਮਾਰੀ ਦਾ, ਹਰ ਚੀਜ਼ ਦਾ ਜਿਹੜਾ ਇਲਾਜ ਲੱਭਿਆ, ਲੇਕਿਨ ਬਲੱਡ ਨਹੀਂ ਬਣਾ ਸਕੀ। ਬਲੱਡ ਜਿਹੜਾ ਪਰਮਾਤਮਾ ਵੱਲੋਂ, ਕੁਦਰਤ ਵੱਲੋਂ ਇਨਸਾਨ ਦੇ ਅੰਦਰ ਕੁਦਰਤੀ ਜਿਹੜਾ ਪੈਦਾ ਹੋ ਰਿਹਾ ਆ, ਇਹਦੇ ਵਿੱਚ ਦਰਜ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਕਿਉਂਕਿ ਔਰਤ ਨੂੰ ਬਹੁਤ ਬੜਾ ਦਰਜਾ ਦਿੱਤਾ ਗਿਆ ਬਾਣੀ ਦੇ ਵਿੱਚ, ਅਤੇ ਜਿਹੜੇ ਇਸ ਕੈਂਪ ਦੇ ਵਿੱਚ ਪਹਿਲੇ ਖੂਨਦਾਨ ਕਰਨ ਆਏ ਨੇ, ਉਹ ਕਿਸੇ ਦੀ ਮਾਂ, ਕਿਸੇ ਦੀ ਭੈਣ, ਕਿਸੇ ਦੀ ਬੇਟੀ ਹੈ। ਮੈਡਮ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਮੈਡਮ ਤੁਸੀਂ ਅੱਜ ਕਿੰਨੀ ਵਾਰੀ ਬਲੱਡ ਡੋਨੇਟ ਕਰ ਰਹੇ ਹੋ ਜੀ? ਸਰ ਫਸਟ ਟਾਈਮ ਕੀਤਾ ਆ। ਫਸਟ ਟਾਈਮ? ਹਾਂਜੀ ਸਰ। ਕੀ ਬਾਤ ਹੈ ਜੀ। ਔਰ ਤੁਸੀਂ ਅੱਜ ਕੀ ਸੋਚ ਕੇ ਬਲੱਡ ਡੋਨੇਟ ਕੀਤਾ ਜੀ, ਵੀ ਅੱਜ ਹਰ ਮਨੁੱਖਤਾ ਦੀ ਸੇਵਾ ਲਈ ਬਲੱਡ ਜ਼ਰੂਰੀ ਹੈ ਇਹ ਚੀਜ਼? ਹਾਂਜੀ ਸਰ, ਬਹੁਤ ਜ਼ਰੂਰੀ ਹੈ, ਮੈਂ ਤਾਂ ਕਹਿੰਦੀ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਆ। ਓਕੇ, ਹਾਂਜੀ ਸਰ। ਔਰ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ? ਸਰ ਮੈਂ ਮੈਸੇਜ ਇਹੀ ਦੇਣਾ ਚਾਹੁੰਦੀ ਹਾਂ, ਖੂਨਦਾਨ, ਮਹਾਂਦਾਨ, ਕਿਸੇ ਦੀ ਜ਼ਿੰਦਗੀ ਬਚਾ ਸਕਦੇ ਅਸੀਂ ਖੂਨ ਦੇ ਕੇ। ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ ਸਰ, ਥੈਂਕ ਯੂ। ਅੱਜ ਕੀ ਨਾਮ ਹੈ ਆਪਣਾ? ਆਸ਼ਾ ਰਾਣੀ। ਅੱਜ ਦੇ ਜਿਹੜਾ ਖੂਨਦਾਨ ਕੈਂਪ ਲੱਗਿਆ, ਤੁਸੀਂ ਖੂਨਦਾਨ ਕੀਤਾ ਆ, ਇਹਦੇ ਬਾਰੇ ਕੀ ਤੁਹਾਡਾ ਵਿਚਾਰ ਹੈ? ਹਾਂਜੀ ਜੀ, ਦੇਖੋ ਜੀ, ਮੇਰਾ ਤਾਂ ਇਹੀ ਕਹਿਣਾ ਕਿ ਖੂਨਦਾਨ ਬਿਲਕੁਲ ਕਰਨਾ ਚਾਹੀਦਾ, ਕਿਸੇ ਦੀ ਜ਼ਿੰਦਗੀ ਬਚ ਜਾਏ, ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈਗੀ ਜੀ। ਹਾਂਜੀ, ਆਪਣੇ ਪੰਜਾਬ ਦੇ ਵਿੱਚ ਬਹੁਤ ਮਰੀਜ਼ ਹੁੰਦੇ ਆ, ਕਿਉਂਕਿ ਅੱਜ ਲੋੜ ਹੈ ਬਹੁਤ ਖੂਨ ਦੀ। ਹਾਂਜੀ, ਕੀ ਮਤਲਬ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੀ ਨਵੀਂ ਪੀੜ੍ਹੀ ਆ, ਨਵੀਂ ਜਨਰੇਸ਼ਨ ਹੈ, ਹਾਂਜੀ, ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਿੱਦਾਂ ਤੁਸੀਂ ਇੱਕ ਲੇਡੀਜ਼ ਹੋ, ਹਾਂਜੀ, ਕੀ ਤੁਸੀਂ ਖੂਨਦਾਨ ਆਪਣਾ ਕੀਤਾ ਆ, ਹਾਂਜੀ, ਅੱਜ ਕੀ ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹਿਣਾ ਚਾਹਾਂਗੀ, ਦੇਖੋ ਜੀ, ਕਿਸੇ ਦੀ ਸਾਨੂੰ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚ ਜਾਏ, ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਮੈਂ ਨਵੀਂ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗੀ, ਜ਼ਰੂਰ ਖੂਨ ਯੂਨਿਟ ਕਰਨਾ ਚਾਹੀਦਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਨਿਰਮਲ ਸਿੰਘ। ਭਾਅ ਜੀ, ਜਿਹੜਾ ਤੁਸੀਂ ਅੱਜ ਬਲੱਡ ਆਪਣਾ ਡੋਨੇਟ ਕੀਤਾ ਆ, ਫਸਟ ਟਾਈਮ ਕੀਤਾ ਜਾਂ ਪਹਿਲਾਂ ਵੀ ਕੀਤਾ? ਨਹੀਂ, ਪਹਿਲੇ ਵੀ 3-4 ਵਾਰ ਕਰ ਚੁੱਕਾ ਹੂੰ ਮੈਂ। ਇਹ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ? ਬਹੁਤ ਅੱਛਾ, ਬਹੁਤ ਅੱਛਾ। ਕੀ ਸੋਚ ਰੱਖ ਕੇ ਤੁਸੀਂ ਜਿਹੜਾ ਆਪਣਾ ਬਲੱਡ ਜਿਹੜਾ ਡੋਨੇਟ ਕਰਦੇ ਤੇ ਦਾਨ ਕਰਦੇ, ਕੀ ਸੋਚ ਹੈ ਮਨ ਦੇ? ਇਹ ਮਾਨਵਤਾ ਦੀ ਸੇਵਾ ਲਈ ਕੁਛ ਤਾਂ ਸਾਡਾ ਯੋਗਦਾਨ ਹੋਣਾ ਚਾਹੀਦਾ ਨਾ ਜੀ। ਜਿਵੇਂ ਅੱਜ ਕੱਲ ਬਹੁਤ ਇਹੋ ਜਿਹੇ ਕੇਸਿਸ ਪੰਜਾਬ ਦੇ ਵਿੱਚ ਹੁੰਦੇ ਆ ਜੀ, ਐਕਸੀਡੈਂਟ ਹੋ ਗਏ ਜਾਂ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਜੀ ਜੀ, ਔਰ ਆਪਣੀ ਪੀੜ੍ਹੀ ਹੈ ਜਿਹੜੀ ਹੈ ਕਿ ਨਸ਼ਿਆਂ ਦੇ ਪ੍ਰਤੀ ਜਿਹੜੇ ਜਿਵੇਂ ਭੱਜ ਰਹੀ ਹੈ, ਮਗਰ ਭੱਜ ਰਹੀ ਹੈ, ਉਹਨਾਂ ਨੂੰ ਕੀ ਮੈਸੇਜ ਇੱਕ ਤੁਸੀਂ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਤਾਂ ਇਹੀ ਮੈਸੇਜ, ਨਸ਼ਿਆਂ ਪ੍ਰਤੀ ਜਿਹੜੇ ਨਸ਼ੇ ਕਰਦੇ ਨੇ ਜਾਂ ਤੁਸੀਂ ਆਪਣੇ ਏਜ ਦੇ ਹਿਸਾਬ ਨਾਲ ਤੁਸੀਂ ਬਲੱਡ ਦਾਨ ਕਰ ਰਹੇ ਹੋ, ਜਿਹੜੀ ਨਵੀਂ ਜਨਰੇਸ਼ਨ ਆ, ਉਹਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਤਾਂ ਇਹੀ ਕਹਿਣਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਕੇ ਜੀ ਕੁਛ ਸਮਾਜ ਸੇਵਾ ਦੇ ਵਿੱਚ ਆਪਾਂ ਨੂੰ ਆਉਣਾ ਚਾਹੀਦਾ ਹੈਗਾ, ਜਿਹਦੇ ਨਾਲ ਕਿ ਮਾਨਵਤਾ ਦੀ ਸੇਵਾ ਹੋ ਸਕੇ ਜੀ। ਥੈਂਕ ਯੂ।
ਲਾਈਟ ਲੈ ਕੇ ਆ ਰਹੇ ਆ, ਵੈਸੇ ਤਾਂ ਤੁਹਾਡੀ ਤਾਂ ਫੋਟੋ ਸਹੀ ਆ ਰਹੀ ਜੀ। ਸਾਡੇ ਨਾਲ ਡਿਸਟ੍ਰਿਕਟ ਨਵਾਂਸ਼ਹਿਰ ਪਿੰਡ ਭਾਟਾ ਤੋਂ ਕੁਲਵਿੰਦਰ ਜੀ ਜੋ ਕਿ ਇੱਕ ਸਮਾਜ ਸੇਵੀ ਨੇ ਜੁੜੇ ਨੇ, ਆਪਾਂ ਜਾਣਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਲੁਧਿਆਣੇ ਸਿਟੀ ਦੇ ਵਿੱਚ ਪਹੁੰਚੇ ਆ ਕਿ ਉਹਨਾਂ ਦਾ ਕੀ ਵਿਚਾਰ ਹੈ ਸਰ ਜੀ, ਕੀ ਕਹਿਣਾ ਚਾਹੁੰਦੇ ਹੋ? ਸਰਵ ਧਰਮ ਸਭਾ ਵੱਲੋਂ ਇਹ ਜੋ ਕੈਂਪ ਲਗਾਇਆ ਗਿਆ ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਦੇਖੋ ਅੱਜ ਜਿੱਦਾਂ ਸਾਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਕਿ ਥੈਲੇਸੀਮੀਆ ਦੀ ਜਿਹੜੀ ਬਿਮਾਰੀ ਆ ਉਹਦੇ ਨਾਲ ਇੰਡੀਆ ਵਿੱਚ ਹਰ ਸਾਲ 1,00,000 ਪੇਸ਼ੈਂਟ ਦੀ ਡੈਥ ਹੋ ਜਾਂਦੀ ਆ। ਇਸ ਕਰਕੇ ਮਨੁੱਖਤਾ ਦੀ ਸੇਵਾ ਦਾ ਇਹ ਬਹੁਤ ਵੱਡਾ ਉਪਰਾਲਾ ਆ, ਇਹਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਸ਼ਲਾਘਾ ਇਹਦੀ ਥੋੜ੍ਹੀ ਆ। ਔਰ ਇੱਕ ਗੱਲ ਹੋਰ ਦੱਸ ਆਪਣੇ ਵੱਲੋਂ ਕਹਿਣੀ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾ ਕੇ ਬਲੱਡ ਵੀ ਆਪਣਾ ਡੋਨੇਟ ਕਰਨਾ ਚਾਹੀਦਾ ਹੈ, ਕਿਉਂਕਿ ਜੋ ਆਪਾਂ ਬਲੱਡ ਡੋਨੇਟ ਕਰਦੇ ਹਾਂ ਉਹ ਮਨੁੱਖ ਦੀ ਬੋਡੀ ਦੇ ਵਿੱਚ 72 ਆਵਰਸ ਦੇ ਵਿੱਚ ਫਿਰ ਦੁਬਾਰਾ ਖੂਨ ਪੂਰਾ ਹੋ ਜਾਂਦਾ। ਔਰ ਇਹ ਬਲੱਡ ਡੋਨੇਟ ਕਰਨ ਦੇ ਨਾਲ ਸੋ ਮੈਨੀ ਡਿਸੀਜ਼ ਜਿਹੜੀਆਂ ਨੇ ਉਹ ਆਪਣੇ ਆਪ ਹੀ ਖਤਮ ਹੋ ਜਾਂਦੀਆਂ। ਲਾਈਕ ਐਜ਼ ਜਿਹਨਾਂ ਨੂੰ ਕੋਈ BP ਦੀ ਵੀ ਪ੍ਰੋਬਲਮ ਆ, ਜਿਹਨਾਂ ਨੂੰ ਕੋਈ ਸ਼ੂਗਰ ਦੀ ਵੀ ਜਾਂ ਕੋਈ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਉਣ ਵਾਲੀਆਂ ਡਿਸੀਜ਼ ਹੁੰਦੀਆਂ ਨੇ ਉਹ ਖੂਨ ਦਾ ਗਾੜ੍ਹਾਪਣ ਜਿਹੜਾ ਆ ਉਹ ਵੀ ਠੀਕ ਹੋ ਜਾਂਦਾ। ਸੋ ਵੱਧ ਤੋਂ ਵੱਧ ਇਹ ਇੱਕ ਖੂਨਦਾਨ ਮਹਾਂਦਾਨ ਆ ਔਰ ਬਹੁਤ ਵੱਡਾ ਮਨੁੱਖਤਾ ਦੀ ਸੇਵਾ ਦੇ ਵਿੱਚ ਲਗਾਇਆ ਗਿਆ ਬਹੁਤ ਵੱਡਾ ਉਪਰਾਲਾ ਆ। ਦਾਸ ਆਪਣੇ ਬੰਸ ਅਗੇਨ ਇਹਦੀ ਵੱਧ ਤੋਂ ਵੱਧ ਪੁਰਜ਼ੋਰ ਸ਼ਬਦਾਂ ਦੇ ਵਿੱਚ ਪ੍ਰਸ਼ੰਸਾ ਕਰਦਾ। ਪੂਰੀ ਪ੍ਰਬੰਧਕ ਕਮੇਟੀ ਸਾਡੇ ਬੈਂਕ ਦੇ ਜਿਹੜੇ ਅਧਿਕਾਰੀ ਆਏ ਨੇ ਬਲੱਡ ਬੈਂਕ ਦੇ ਇਹ ਸਾਰੇ ਪ੍ਰਸ਼ੰਸਾ ਦੇ ਯੋਗ ਨੇ ਔਰ ਸਾਰਿਆਂ ਦਾ ਬਹੁਤ ਵੱਡਾ ਅਤੇ ਵਧੀਆ ਉਪਰਾਲਾ ਆ। ਅੱਜ ਵੈਸੇ ਵੀ ਭਾਈ ਘਨੱਈਆ ਜੀ ਦਾ ਵੀ ਆਪਾਂ ਨੂੰ ਪਤਾ ਕਿ ਅੱਜ ਭਾਈ ਘਨੱਈਆ ਜੀ ਦਾ ਵੀ ਅੱਜ ਜਨਮ ਦਿਵਸ ਆ, ਉਹਨਾਂ ਦਾ ਵੀ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਸੋ ਇਹ ਮਨੁੱਖਤਾ ਦੀ ਸੇਵਾ ਵਾਸਤੇ ਵੰਸ ਅਗੇਨ ਬਹੁਤ ਹੀ ਵਧੀਆ ਅਤੇ ਵੱਡਾ ਉਪਰਾਲਾ ਆ ਅਤੇ ਦਾਸ ਇਹਦੀ ਵੰਸ ਅਗੇਨ ਸ਼ੋਭਾ ਕਰਦਾ ਅਤੇ ਅੱਗੇ ਤੋਂ ਵੀ ਦਾਸ ਇਹ ਗੱਲ ਕਮੇਟੀ ਮੈਂਬਰਾਂ ਨੂੰ ਸਾਰਿਆਂ ਨੂੰ ਕਹਿਣੀ ਚਾਹੁੰਦਾ ਵੀ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਸਮਾਜ ਭਲਾਈ ਕੰਮਾਂ ਦੇ ਵਿੱਚ ਅੱਗੇ ਵੀ ਵੱਧ ਚੜ੍ਹ ਕੇ ਆਉਂਦੇ ਆ। ਜਿੱਥੇ ਵੀ ਸਾਡੀ ਕਿਤੇ ਦਾਸ ਦੀ ਜ਼ਰੂਰਤ ਆ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਔਰ ਖੜ੍ਹਦੇ ਰਹਾਂਗੇ ਔਰ ਮੈਂ ਵੰਸ ਅਗੇਨ ਸਾਰਿਆਂ ਨੂੰ ਕੰਗਰੈਚੁਲੇਟ ਕਰਦਾ ਹਾਂ। ਨੀਫਾ ਵਾਲਿਆਂ ਨਾਲ ਰਲ ਕੇ ਸਾਡੇ ਵੀਰ ਜੀ ਸਚਪ੍ਰੀਤ ਸਿੰਘ ਜੀ ਆ ਅਤੇ ਸਾਡੇ NGO ਮਾਨਵ ਸਰਵ ਸਹਿਯੋਗ ਵੱਲੋਂ ਭਾਈ ਘਨੱਈਆ ਜੀ ਦੇ ਜਨਮ ਦਿਨ 'ਤੇ ਲਗਾਇਆ, ਕਿਉਂਕਿ ਅੱਜ ਦਾ ਦਿਨ ਬਹੁਤ ਵਧੀਆ ਦਿਨ ਹੈ। ਭਾਈ ਘਨੱਈਆ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਕਰਦਿਆਂ ਗੁਜ਼ਾਰੀ ਅਤੇ ਮੈਂ ਇਹ ਕਹਿੰਦੀ ਹਾਂ ਕਿ ਬਲੱਡ ਡੋਨੇਟ ਤੋਂ ਵੱਧ ਜਿਹੜੀ ਸੇਵਾ ਆ ਹੋਰ ਕੋਈ ਦਾਨ ਨਹੀਂ ਹੋ ਸਕਦਾ। ਸਭ ਤੋਂ ਵੱਡਾ ਦਾਨ ਹੈਗਾ ਬਲੱਡ ਦਾਨ, ਇਹਦੇ ਨਾਲ ਅਸੀਂ ਕਾਫੀ ਜ਼ਿੰਦਗੀਆਂ ਬਚਾ ਸਕਦੇ ਹਾਂ, ਕਿਉਂਕਿ ਆਪਾਂ ਇਹ ਸੋਚ ਰੱਖ ਕੇ ਚੱਲਦੇ ਕਿ ਜਿੰਨਾ ਮਰਜ਼ੀ ਪੈਸਾ ਹੋਵੇ ਪਰ ਜਿਸ ਵੇਲੇ ਜ਼ਿੰਦਗੀ 'ਤੇ ਮੌਤ ਦਾ ਸਵਾਲ ਆਉਂਦਾ ਨਾ, ਉਸ ਵੇਲੇ ਇੱਕ ਬਲੱਡ ਆ ਜਿਹੜਾ ਸਾਡਾ ਦਾਨ ਕੀਤਾ ਹੋਇਆ ਕਿਸੇ ਦੀ ਜ਼ਿੰਦਗੀ ਬਚਾ ਸਕਦਾ। ਹਮੇਸ਼ਾ ਧਾਰਮਿਕ ਸੰਸਥਾ ਹੀ ਕਿਉਂ ਅੱਗੇ ਆਉਂਦੀਆਂ, ਆਪਣੀ ਸਰਕਾਰ ਦੇ ਕਿਉਂ ਨਹੀਂ ਇਹੋ ਜਿਹੇ ਕਦਮ ਚੁੱਕ ਰਹੀ, ਜਾਂ ਕੋਈ ਵੀ ਜਿਹੜੀ ਮਰਜ਼ੀ ਸਰਕਾਰ ਲੈ ਲਓ ਕਿਉਂ ਨਹੀਂ ਚੁੱਕ ਰਹੀ ਹੈ, ਹਮੇਸ਼ਾ ਸੰਸਥਾ ਹੀ ਕਿਉਂ ਅੱਗੇ ਆਉਂਦੀਆਂ ਆ, ਇਹਦੇ ਬਾਰੇ ਕੀ ਵਿਚਾਰ ਹੈ? ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਨੂੰ ਦੇਖੋ, ਸਰਕਾਰਾਂ ਨੂੰ ਇਹ ਹੈਗਾ ਕਿ ਉਹਨਾਂ ਨੂੰ ਆਪਣੇ ਅਹੁਦਿਆਂ ਅਤੇ ਪੈਸੇ ਨਾਲ ਪਿਆਰ ਹੁੰਦਾ, ਪਰ ਜਿਹੜੀਆਂ ਸੰਸਥਾਵਾਂ ਇਹਨਾਂ ਦਾ ਮਿੱਥਾ ਹੀ ਇਹ ਹੁੰਦਾ ਕਿ ਅਸੀਂ ਸੇਵਾ ਕਰੀਏ। ਸੇਵਾ ਨੂੰ ਲੈ ਕੇ ਇੱਕ ਸੰਸਥਾ ਅੱਗੇ ਆਉਂਦੀ ਆ ਅਤੇ ਸੇਵਾ ਭਾਵਨਾ ਦੇ ਨਾਲ ਸਾਡੇ ਨਾਲ ਜਿੰਨੀਆਂ ਵੀ ਲੇਡੀਜ਼, ਸਪੈਸ਼ਲੀ ਲੇਡੀਜ਼ ਹੈ, ਸਭ ਤੋਂ ਪਹਿਲੇ ਸਟਾਰਟਿੰਗ ਲੇਡੀਜ਼ ਨੇ ਕੀਤੀ ਹੈ ਬਲੱਡ ਦੀ, ਅਤੇ
ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਜਿਵੇਂ ਇੱਕ ਆਪਾਂ ਸਵਾਲ ਕਰ ਲਈਏ ਨਸ਼ਿਆਂ ਪ੍ਰਤੀ, ਪੰਜਾਬ ਤਾਂ ਪਹਿਲੀ ਸੀਗਾ ਕਿ ਜਿਹੜਾ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ, ਉਹ ਛੇਵਾਂ ਨਸ਼ਿਆਂ ਦਾ ਵਗ ਰਿਹਾ। ਅੱਜ ਨਸ਼ਾ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਕਿਹਾ ਸੀਗਾ ਕਿ ਨਸ਼ਾ ਬਿਲਕੁਲ ਖਤਮ ਕਰਾਂਗੇ, ਲੇਕਿਨ ਫਿਰ ਵੀ ਨਸ਼ਾ ਵਿਕ ਰਿਹਾ। ਕੀ ਕਹਿਣਾ ਚਾਹੁੰਦੇ ਜਨਰੇਸ਼ਨ ਨੂੰ ਜਿਹੜੇ ਨਸ਼ੇ ਦੇ? ਨਸ਼ਾ ਜਿਹੜਾ ਆ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਨਸ਼ਾ ਬਾਰਡਰ ਕ੍ਰੋਸ ਕਿੱਦਾਂ ਕਰਦਾ, ਇਹ ਸਾਰਾ ਸਰਕਾਰਾਂ ਦੇ ਹੱਥਾਂ ਦੇ ਥੱਲੇ ਹੀ ਵਿਕ ਰਿਹਾ। ਜੇ ਆਪਾਂ ਕਹਿ ਲਈਏ ਕਿ ਸਰਕਾਰਾਂ ਇਸ ਤੋਂ ਬੇਖਬਰ ਆ, ਉਹਨਾਂ ਨੂੰ ਸਾਰੀ ਖਬਰ ਆ। ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ, ਇਹਨਾਂ ਦਾ ਮੇਨ ਮਨਸੂਬਾ ਇਹੀ ਸੀ ਕਿ ਅਸੀਂ ਪਹਿਲੇ ਨਸ਼ਾ ਬੰਦ ਕਰਾਂਗੇ, ਪਰ ਨਸ਼ਾ ਬੰਦ ਹੋਣ ਦੀ ਬਜਾਏ ਸਰੇਆਮ ਹੋ ਗਿਆ। ਹੁਣ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਆ ਇਸ ਤੋਂ ਬਾਅਦ, ਗੁੰਡਾਗਰਦੀ ਕਤਲੇਆਮ, ਇਹ ਸਰੇਆਮ ਹੋ ਗਿਆ। ਇਹ ਕਿਵੇਂ ਹੋ ਗਿਆ? ਬਾਰਡਰਾਂ ਤੋਂ ਕਿਵੇਂ ਹਥਿਆਰ ਆ ਰਹੇ ਅਤੇ ਕਿਵੇਂ ਨਸ਼ਾ ਆ ਰਿਹਾ? ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦੇਖੋ, ਇਹ ਆਪਣਾ ਪੰਜਾਬ ਇੱਕ ਸੋਨੇ ਦੀ ਚਿੜੀ ਸੀ, ਇਹਨੂੰ ਆਪਾਂ ਸੋਨੇ ਦੀ ਚਿੜੀ ਵਾਂਗ ਸਾਂਭ ਕੇ ਰੱਖੀਏ। ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਨਸ਼ੇ ਛੱਡ ਕੇ ਆਪਣਾ ਵੱਧ ਤੋਂ ਵੱਧ ਸੇਵਾ ਕਰੋ, ਮਿਹਨਤ ਕਰੋ, ਅੱਗੇ ਆਓ ਦੇਸ਼ ਦੀ ਸੇਵਾ ਵਾਸਤੇ, ਕਿਉਂਕਿ ਇਹ ਦੇਸ਼ ਨੂੰ ਅੱਗੇ ਨੌਜਵਾਨ ਹੀ ਲਿਜਾ ਸਕਦੇ ਆ। ਅਤੇ ਅੱਗੇ ਮੈਂ ਬੀਬੀਆਂ ਨੂੰ ਇਹ ਕਹਿਣਾ ਚਾਹੁੰਦੀ ਕਿ ਆਪਣੇ ਬੱਚਿਆਂ ਨੂੰ ਸਟਾਰਟਿੰਗ ਤੋਂ ਸਿੱਖਿਆ ਦਿਓ, ਸਟਾਰਟਿੰਗ ਤੋਂ ਦੇਸ਼ ਭਗਤੀ ਅਤੇ ਨਸ਼ਿਆਂ ਦੇ ਖਿਲਾਫ ਉਹਨਾਂ ਨੂੰ ਜਾਗਰੂਕ ਕਰੋ, ਤਾਂ ਕਿ ਸਾਡਾ ਪੰਜਾਬ ਪਹਿਲੇ ਵਾਂਗ ਸੋਨੇ ਦੀ ਚਿੜੀਆ ਬਣ ਸਕੇ। ਸਾਡੇ ਨਾਲ ਨੀਫਾ ਦੇ ਜਿਹੜੇ ਪ੍ਰੈਜ਼ੀਡੈਂਟ, ਪੰਜਾਬ ਦੇ ਪ੍ਰੈਜ਼ੀਡੈਂਟ, ਉਹ ਮੌਜੂਦ ਖੜ੍ਹੇ ਹੈ, ਸੱਚਪ੍ਰੀਤ ਸਿੰਘ ਜੀ। ਆਓ ਆਪਾਂ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ ਅੱਜ ਦੇ ਦਿਨ ਨੂੰ ਲੈ ਕੇ, ਅੱਜ ਦੇ ਕੈਂਪ ਨੂੰ ਲੈ ਕੇ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ। ਸਰ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਨੂੰ ਲੈ ਕੇ ਤੁਸੀਂ? ਅੱਜ ਦੇ ਦਿਨ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਸੁਰਿੰਦਰ ਕੌਰ ਜੀ ਦਾ ਧੰਨਵਾਦ ਕਰਦਾ ਔਰ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਕੈਂਪ ਔਰਗਨਾਈਜ਼ ਕਰਕੇ ਇੱਕ ਬਹੁਤ ਵੱਡੀ ਸਮਾਜ ਸੇਵਾ ਦਾ ਇੱਕ ਆਪਣਾ ਨਾਮ ਚਮਕਾਇਆ, ਔਰ ਇਹ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਹਰ ਵਾਰਡ ਦੇ ਵਿੱਚ ਇਹ ਮੁਹਿੰਮ ਪਹੁੰਚਾਵਾਂਗੇ ਜੀ। ਸੋ ਸਾਡਾ ਬਹੁਤ, ਮੈਂ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਇਹਨਾਂ ਦੇ ਸਾਰੇ ਗਰੁੱਪ ਦੀ। ਸੋ ਸਾਡਾ ਜਿਹੜੀ ਨੀਫਾ ਦਾ ਮੇਨ ਮੋਟਿਵ ਹੈ, ਇਹ ਸਾਡਾ 15 ਅਗਸਤ ਤੋਂ ਲੈ ਕੇ 29 ਅਕਤੂਬਰ ਤੱਕ ਇੱਕ ਮੁਹਿੰਮ ਚਲਾਈ ਗਈ ਹੈ ਔਰ ਆਲ ਓਵਰ ਇੰਡੀਆ ਦੇ ਵਿੱਚ, ਇਕੱਲਾ ਪੰਜਾਬ ਨਹੀਂ, ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਡੇ ਕੈਂਪ ਚੱਲ ਰਹੇ ਨੇ। ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਅਸੀਂ ਨਿਊ ਕੁਲਦੀਪ ਨਗਰ ਅੱਜ ਕੈਂਪ ਲਾਇਆ ਔਰ ਫਤਿਹਗੜ੍ਹ ਸਾਹਿਬ ਵੀ ਲੱਗਿਆ ਹੋਇਆ, ਫਗਵਾੜੇ ਵੀ ਲੱਗਿਆ ਹੋਇਆ, ਬਟਾਲੇ ਵੀ ਲੱਗਿਆ ਹੋਇਆ, ਕਾਫੀ ਜਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਉਹਨਾਂ 'ਚ ਅੱਜ ਸਾਰੇ ਨੀਫਾ ਦੇ ਬੈਨਰ ਦੇ ਹੇਠ ਇਹ ਕੈਂਪ ਲਗਾਏ ਗਏ। ਸਰ, ਇੱਥੇ ਜਿਵੇਂ ਕਿ ਆਪਣੀਆਂ ਸੰਸਥਾਵਾਂ ਬਹੁਤ ਹੈ ਚੱਲਦੀਆਂ ਪੰਜਾਬ ਦੇ ਵਿੱਚ, ਹਰ ਚੀਜ਼ ਨੂੰ ਲੈ ਕੇ ਅੱਗੇ ਆਉਂਦੀਆਂ ਆ, ਇਹ ਆਪਣੀ ਸਰਕਾਰ ਕਿਉਂ ਨਹੀਂ ਅੱਗੇ ਆ ਰਹੀ ਹੈ ਇਹ ਚੀਜ਼ਾਂ ਦਾ ਲੈ ਕੇ, ਕਿ ਚਾਹੇ ਕੋਈ ਧਾਰਮਿਕ ਜਗ੍ਹਾ ਹੈ ਜਾਂ ਕੁਛ ਵੀ ਹੈ, ਸਰਕਾਰ ਕਿਉਂ ਨਹੀਂ ਇੱਦਾਂ ਦੇ ਕਦਮ ਚੁੱਕ ਰਹੀ? ਸਰ, ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਹ ਸਰਕਾਰ ਨੇ ਵੀ ਇਸ ਵਾਰੀ ਉਪਰਾਲਾ ਕੀਤਾ। ਮੈਂ ਸਦਾ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਹਰ ਬਲੱਡ ਬੈਂਕ, ਆਲ ਓਵਰ ਇੰਡੀਆ ਦੇ ਸਾਰੇ ਬਲੱਡ ਬੈਂਕਾਂ ਨੂੰ ਇੱਕ ਲੈਟਰ ਫਾਰਵਰਡ ਕੀਤਾ ਸੀ ਕਿ 17 ਸਤੰਬਰ ਨੂੰ ਇੱਕ BJP ਵੱਲੋਂ ਅਨਾਊਂਸ ਹੋਇਆ ਸੀ ਕਿ ਆਲ ਓਵਰ ਇੰਡੀਆ 'ਚ ਬਲੱਡ ਡੋਨੇਟ ਕੀਤਾ ਜਾਵੇ। ਸੋ ਕੱਲ੍ਹ ਦੀ ਡੇਟ 'ਚ ਬਹੁਤ ਜ਼ਿਆਦਾ ਕੈਂਪ ਲੱਗੇ ਨੇ, ਸੈਂਟਰ ਦੀ ਸਰਕਾਰ ਨੇ ਵੀ, ਉਹਦੇ 'ਚ ਪੰਜਾਬ ਸਰਕਾਰ ਨੇ ਵੀ ਹਿੱਸਾ ਦਿੱਤਾ ਆ ਵੀ ਜਿਹੜੇ ਇਹ ਕੈਂਪ ਹਰ ਸਾਲ ਲਗਾਏ ਜਾਣ, ਕਿਉਂਕਿ ਹਰ ਸਾਲ 1 ਲੱਖ ਯੂਨਿਟ ਘਟਦਾ ਆ ਔਰ 10,000 ਨੀਅਰ ਅਬਾਊਟ ਪਰਸਨਸ ਨੇ ਥੈਲਾਸੀਮੀਆ, ਜਿਨ੍ਹਾਂ ਦੀ ਇੱਕ ਪ੍ਰੋਬਲਮ ਹੈ, ਬਿਮਾਰੀ ਹੈ ਥੈਲਾਸੀਮੀਆ ਦੀ, ਜਿਹੜੀ ਕਿ ਆਲ ਓਵਰ ਇੰਡੀਆ ਦੇ ਵਿੱਚ ਹੈ, ਆਲ ਓਵਰ ਵਰਲਡ ਦੇ ਵਿੱਚ ਹੈ, ਔਰ ਜਿਹੜੀ ਇਹ ਸਾਡੀ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਹੈ, ਲੇਕਿਨ ਹਰ ਮਸ਼ੀਨ ਬਣਾ ਚੁੱਕੀ ਆ ਔਰ ਸਿਰਫ ਇੱਕ ਬਲੱਡ ਦੀ ਨਹੀਂ ਮਸ਼ੀਨ ਬਣਾ ਪਾਈ ਸਾਡੀ, ਆਲ ਓਵਰ ਮਤਲਬ ਵਰਲਡ ਹੀ ਲਗਾ ਲਓ, ਇਹਦੇ 'ਚ ਕੋਈ ਵੀ, ਇਹ ਸਿਰਫ ਇੱਕ ਮਨੁੱਖਤਾ ਦੀ ਸਰੀਰ ਦੇ ਵਿੱਚੋਂ ਹੀ ਪੈਦਾ ਹੁੰਦਾ ਔਰ ਜਿਹੜੇ ਵੀ ਬੰਦਿਆਂ ਨੂੰ ਡਰ ਲੱਗਦਾ ਕਿ ਬਲੱਡ ਡੋਨੇਟ ਕਰਨ ਦੇ
ਵੀ ਸਾਡਾ ਨੁਕਸਾਨ ਆ ਇਹ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਨੌਲੇਜ ਵਾਸਤੇ ਚੀਜ਼ਾਂ ਦੱਸਣਾ ਚਾਹੁੰਦਾ ਵੀ ਬਲੱਡ ਡੋਨੇਟ ਕਰਨ ਦੇ ਬਹੁਤ ਜ਼ਿਆਦਾ ਬੈਨੀਫਿਟਸ ਨੇ ਜੀ। ਜਿੱਦਾਂ ਹੀ ਇੱਕ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜਿੱਦਾਂ ਇੱਕ ਮੋਟਰਸਾਈਕਲ ਆ ਜੀ, ਮੋਟਰਸਾਈਕਲ ਆਪਾਂ ਸਵੇਰੇ ਨਵਾਂ ਲੈ ਲੈਂਦੇ ਹਾਂ ਜੀ, ਔਰ ਉਹ ਨਵਾਂ ਕੰਪਨੀ ਉਹਦੇ 'ਤੇ ਲਿਖ ਦਿੰਦੀ ਜੀ ਇੰਨੇ ਦਿਨ ਕਿਲੋਮੀਟਰ ਬਾਅਦ ਸਰਵਿਸ ਜ਼ਰੂਰ ਕਰਾਓ, ਨਹੀਂ ਤਾਂ ਇਹਦਾ ਇੰਜਨ ਸੀਜ਼ ਹੋ ਜਾਣਾ। ਉਹ ਉੱਦਾਂ ਹੀ ਆਪਣਾ ਬੋਡੀ ਦਾ ਆ ਜੀ, ਉਹਦੇ 'ਚ ਆਪਾਂ ਮੁਗਲੈਲ ਪਵਾਉਂਦੇ ਹਾਂ ਮੋਟਰਸਾਈਕਲ 'ਚ ਜੀ, ਤਾਂ ਉਹਦੀ ਇੱਕ ਮਿਆਦ ਹੁੰਦੀ ਹੈ ਵੀ 5000 ਕਿਲੋਮੀਟਰ ਬਾਅਦ ਆਪਾਂ ਨੂੰ ਚੇਂਜ ਕਰਾਉਣਾ ਹੀ ਪੈਂਦਾ, 3000 ਬਾਅਦ ਕਰਾਉਣਾ ਹੀ ਪੈਂਦਾ। ਇਸੇ ਤਰੀਕੇ ਆਪਣੀ ਹਿਊਮਨ ਬੋਡੀ ਹੈ ਵੀ ਆਪਾਂ ਨੂੰ ਰੂਟੀਨ ਵਾਈਜ਼ ਇਹ ਬਲੱਡ ਰੋਟੇਸ਼ਨ ਚੱਲਣੀ ਚਾਹੀਦੀ ਹੈ, ਕਿਉਂਕਿ ਜਦੋਂ ਆਪਾਂ ਪੁਰਾਣਾ ਬਲੱਡ ਆਪਣੀ ਬੋਡੀ 'ਚੋਂ ਨਿਕਲਦਾ ਆ, ਨਵਾਂ ਬਲੱਡ ਬਣਦਾ ਆ, ਉਹਦੇ ਨਾਲ ਇੱਕ ਤਾਂ ਆਪਣਾ 600 ਕੈਲਰੀਜ਼ ਇੱਕੋ ਟਾਈਮ 'ਚ ਬਰਨ ਹੁੰਦੀਆਂ ਨੇ, ਸੈਕਿੰਡਲੀ ਕਦੀ ਵੀ ਤੁਹਾਡਾ ਕੋਲੈਸਟ੍ਰੋਲ, ਬੀ ਪੀ, ਸ਼ੂਗਰ ਇਹ ਹਰ ਇੱਕ ਚੀਜ਼ 'ਤੇ ਜਿਹੜਾ ਆ ਕੰਟਰੋਲ ਕਰਦਾ ਹੈ, ਜਿੰਨੀਆਂ ਬਲੋਕੇਜ ਨਰਵਜ਼ ਦੇ ਵਿੱਚ ਹੋ ਜਾਂਦੀਆਂ ਨੇ ਜਦੋਂ ਇੱਕਦਮ ਬਲੱਡ ਆਪਾਂ ਡੋਨੇਟ ਕਰ ਦਿੰਦੇ ਹਾਂ, ਉਹ ਨਵਾਂ ਬਲੱਡ ਬਣਦਾ ਆ, ਜਿੰਨੀਆਂ ਬਲੋਕੇਜ ਹੁੰਦੀਆਂ ਨੇ ਸਾਰੀਆਂ ਉਹ ਖੁੱਲ੍ਹ ਜਾਂਦੀਆਂ ਨੇ ਜੀ। ਔਰ ਇੱਕ ਛੋਟਾ ਜਿਹਾ ਹੋਰ, ਇੱਥੇ ਜਿਵੇਂ ਕਿ ਇੰਨਾ ਖੂਨਦਾਨ ਵੀ ਇੱਥੇ ਪੰਜਾਬ ਦੇ ਵਿੱਚ ਕੀਤਾ ਜਾਂਦਾ, ਲੇਕਿਨ ਸਰਕਾਰੀ ਹੋਸਪਿਟਲਾਂ ਦੇ ਵਿੱਚ ਆਪਾਂ ਚਲੇ ਜਾਈਏ ਲੇਕਿਨ ਉਹਨਾਂ ਕੋਲ ਫਿਰ ਵੀ ਬਲੱਡ ਨਹੀਂ ਮਿਲਦਾ, ਇਹਦਾ ਕਾਰਨ ਕੀ ਹੈ? ਸਰ ਕਾਰਨ ਇੱਦਾਂ ਲੋਕ ਨਹੀਂ ਜਾਗਰੂਕਤਾ ਜੀ, ਕਾਰਨ ਸਿਰਫ ਇਹੀ ਬਣਦਾ ਲੋਕ ਜਾਗਰੂਕ ਨਹੀਂ ਹੈਗੇ, ਕਿਉਂਕਿ ਬਲੱਡ ਹਰ ਸਾਲ ਘੱਟ ਰਿਹਾ। ਸੋ ਇਸ ਵਾਰ ਤਾਂ ਮੈਂ ਮਤਲਬ ਇਹ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ ਸ਼੍ਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ, ਇਹਨਾਂ ਨੇ ਇਸ ਵਾਰੀ ਮੇਰੇ ਅਕੋਰਡਿੰਗਲੀ ਆਲ ਓਵਰ ਇੰਡੀਆ 'ਚ 1 ਲੱਖ ਤੋਂ ਪਲੱਸ ਯੂਨਿਟ ਇਕੱਠਾ ਕੀਤਾ ਕੱਲ੍ਹ ਦੇ ਦਿਨ 'ਚ ਆਲ ਓਵਰ ਬਲੱਡ ਬੈਂਕਾਂ 'ਚ। ਹੁਣ ਨਹੀਂ ਇੱਦਾਂ ਦੀ ਕੋਈ ਪ੍ਰੋਬਲਮ ਆ ਰਹੀ, ਵੈਸੇ ਲਾਸਟ ਈਅਰ ਬਹੁਤ ਆਈ ਹੈ, ਲਾਸਟ ਈਅਰ ਵੀ ਅਸੀਂ ਵਰਲਡ ਬੁੱਕ ਆਫ ਲੰਡਨ ਰਿਕਾਰਡ ਬਣਾਇਆ ਸੀ, 1 ਲੱਖ ਯੂਨਿਟ ਅਸੀਂ ਆਲ ਓਵਰ ਇੰਡੀਆ 'ਚ 1476 ਕੈਂਪ ਲਗਾਏ ਸੀ ਇੱਕੋ ਟਾਈਮ 'ਚ। ਸੋ ਇਸ ਸਾਲ ਵੀ ਸਾਡੀ ਇਹੀ ਮੁਹਿੰਮ ਚੱਲ ਰਹੀ ਆ, 750 ਕੈਂਪ, 75,000 ਯੂਨਿਟ ਔਰ 75 ਡੇਜ਼ 'ਚ 75ਵਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਹਾਂ ਜੀ। ਬਿਲਕੁਲ ਜੀ, ਸਾਡੇ ਨਾਲ ਜੁੜੇ ਸੀ ਨੀਵਾ ਤੋਂ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ, ਲੁਧਿਆਣਾ ਸਿਟੀ ਤੋਂ ਵੱਖ ਵੱਖ ਚੈਨਲਾਂ ਰਾਹੀਂ ਦੇਖ ਰਹੇ ਹਾਂ, ਲੇਕਿਨ ਬਹੁਤ ਇਹੋ ਜਿਹਾ ਜਦੋਂ ਆਫੀਸਰ ਪੰਜਾਬ ਦੇ ਵਿੱਚ ਆਉਂਦੇ ਨੇ ਬਹੁਤ ਫਖਰ ਮਹਿਸੂਸ ਹੁੰਦਾ। ਅੱਜ ਅਸ਼ੋਕ ਚੌਹਾਨ ਜੀ ਸਾਡੇ ਨਾਲ ਮੌਜੂਦ ਨੇ, ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਚੈਨਲ ਦੇ ਰਾਹੀਂ ਜਿੰਨੇ ਵੀ ਸਰੋਤੇ ਵੇਖ ਰਹੇ ਨੇ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਅੱਛਾ ਲੱਗਿਆ ਸਾਡੀ ਭੈਣ ਸੁਰਿੰਦਰ ਕੌਰ, ਇਹਨਾਂ ਦੀ ਜਿਹੜੀ ਦੋ ਸੰਸਥਾ ਨੇ, ਇੱਕ ਨੀਫਾ ਅਤੇ ਦੂਸਰੀ ਕੀ ਨਾਮ ਹੈ, ਮਾਨਵ ਸਰਵ ਸਹਿਯੋਗ ਸੰਸਥਾ, ਇਹਨਾਂ ਦਾ ਬਹੁਤ ਵੱਡਾ ਉਪਰਾਲਾ, ਜਿਹੜਾ ਖੂਨਦਾਨ ਹੈ ਇੱਕ ਮਹਾਂਦਾਨ ਹੈ, ਅਸੀਂ ਇਕੱਲਾ ਖੂਨਦਾਨ ਹੀ ਨਹੀਂ ਕਰਦੇ, ਕਿਸੇ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਹਾਂ। ਅਤੇ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਜੇ ਅਸੀਂ ਖੂਨਦਾਨ ਕਰ ਸਕਦੇ ਹਾਂ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ, ਅਤੇ ਇਹ ਇੱਕ ਮਹਾਂਦਾਨ ਹੈ ਅਤੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ। ਮੈਂ ਫਿਰ ਇੱਕ ਵਾਰੀ ਇਹ ਵਧਾਈ ਦੇ ਪਾਤਰ ਨੇ, ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹੋ ਜਿਹੇ ਉਪਰਾਲੇ ਹਮੇਸ਼ਾ ਸਮਾਜ ਲਈ ਕਰਦੇ ਰਹੇ। ਸਰ, ਆਮ ਵੀਡੀਓ ਦੇ ਵਿੱਚ ਦੇਖਿਆ ਜਾਂਦਾ ਤੁਸੀਂ ਰੋਡਾਂ ਦੇ ਉੱਤੇ, ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ, ਜ਼ਰੂਰਤਮੰਦ ਲੋਕ ਨੇ, ਜਿਵੇਂ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਹੈਲਮਟ ਨੂੰ ਲੈ ਕੇ, ਔਰ ਉਹਨਾਂ ਦਾ ਬਹੁਤ ਬਚਾਅ ਹੁੰਦਾ ਲੋਕਾਂ ਦਾ, ਬਗੈਰ ਹੈਲਮਟ ਤੋਂ ਜਿਹੜੇ ਲੋਕ ਘੁੰਮਦੇ ਨੇ, ਔਰ ਤੁਸੀਂ ਇੱਕ ਹੈਲਮਟ ਦੀ ਜਿਹੜੀ ਉਪਰਾਲਾ ਕੀਤਾ ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਰ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਜਿਹੜੇ ਟ੍ਰੈਫਿਕ ਨਿਯਮ ਬਣੇ ਉਹ ਸਾਡੇ ਲਈ ਬਣੇ ਨੇ, ਸਾਡੀ ਸਲਾਮਤੀ ਲਈ ਬਣੇ ਨੇ। ਟ੍ਰੈਫਿਕ ਗਲਤੀ ਕਰਕੇ ਅਸੀਂ ਇਕੱਲੇ ਆਪਣੀ ਜਾਨ ਨਹੀਂ, ਲੋਕਾਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਹਾਂ। ਤੁਸੀਂ ਵੇਖ ਰਹੇ ਹੋ ਜਿਹੜਾ ਸਾਡਾ ਅੰਕੜਾ ਹੈ ਡੈਥਾਂ ਦਾ, ਜਿਹੜੇ ਰੋਡ ਐਕਸੀਡੈਂਟ ਡੈਥ ਆ ਸਭ ਤੋਂ ਜ਼ਿਆਦਾ ਟੂ ਵੀਲਰ ਦਾ, ਜਿਹੜੀ ਉਹਦੇ 'ਚ ਏਜ ਹੈ 18 ਤੋਂ 45 ਸਾਲ ਹੈ। ਅਤੇ ਅਗਰ ਆਪਾਂ ਹੈਲਮਟ ਪਾਵਾਂਗੇ ਅਸੀਂ ਸਲਾਮਤ ਰਵਾਂਗੇ। ਅਸੀਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਕਿ ਬੰਦੇ ਨੇ ਹੈਲਮਟ ਪਾਇਆ ਸੀ ਉਹਦੀ ਜਾਨ ਬਚ ਗਈ ਹੈ, ਅਤੇ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਮਿਹਰਬਾਨੀ। ਇਹ ਸੀ ਸਾਡੇ ਨਾਲ ਅਸ਼ੋਕ ਚੌਹਾਨ ਜੀ ਜੋ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ। ਮਿਹਰਬਾਨੀ।